ਚੰਡੀਗੜ੍ਹ ਦੇ ਮੇਅਰ ਇਲੈਕਸ਼ਨ ਪੋਸਟਪੋਨ ਹੋਣ ਤੋਂ ਬਾਅਦ ਆਪ ਅਤੇ ਕਾਂਗਰਸ ਦੀ ਇੱਕ ਮੀਟਿੰਗ ਚੱਲਦੀ ਹੈ ਮੁੱਖ ਮੰਤਰੀ ਨਿਵਾਸ, ਜਿਸ ਦੇ ਵਿੱਚ ਜਰਨੈਲ ਸਿੰਘ, ਸੰਦੀਪ ਪਾਠਕ ਅਤੇ ਹੋਰ ਵੱਡੇ ਆਗੂ ਜਿਹੜੇ ਮੌਜੂਦ ਹੁੰਦੇ। ਸਾਡੇ ਨਾਲ ਖੁਦ ਜਰਨੈਲ ਸਿੰਘ ਜੀ ਮੌਜੂਦ। ਜਰਨੈਲ ਸਿੰਘ ਜੀ, ਇਲੈਕਸ਼ਨ ਪੋਸਟਪੋਨ ਹੋਏ, ਮੇਅਰ ਦੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ, ਪਹਿਲਾਂ ਦੋ ਪਟੀਸ਼ਨਾਂ ਹਾਈਕੋਰਟ ਦੇ ਵਿੱਚ ਪਈਆਂ, ਇੱਕ ਹੋਰ ਅੱਜ ਪੈ ਚੁੱਕੀ ਹੈ, ਤੁਸੀਂ ਕੀ ਕਹਿਣਾ ਚਾਹੋ? ਵੇਖੋ, ਆਪਣੇ ਆਪ ਨੂੰ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਾਉਣ ਵਾਲੀ ਪਾਰਟੀ BJP ਇੱਕ ਛੋਟੇ ਜਿਹੇ ਇਲੈਕਸ਼ਨ ਦੇ ਡਰ ਤੋਂ ਕਿਸ ਤਰੀਕੇ ਭੱਜ ਸਕਦੀ ਹੈ, ਉਸ ਦਾ ਸਭ ਤੋਂ ਵੱਡਾ ਪ੍ਰਮਾਣ ਤੁਸੀਂ ਅੱਜ ਚੰਡੀਗੜ੍ਹ ਵਿੱਚ ਵੇਖ ਸਕਦੇ ਹੋ। ਚੰਡੀਗੜ੍ਹ ਦੀ ਮੇਅਰ ਇਲੈਕਸ਼ਨ ਅੱਜ ਹੋਣੀ ਸੀ ਅਤੇ 20 ਦੇ 20 35 ਟੋਟਲ ਕੌਂਸਲਰ ਦੇ 35 ਵਿੱਚੋਂ 20 ਨਿਗਮ ਪਾਰਸ਼ਦ ਇਕੱਠੇ ਖੜ੍ਹੇ ਹੋ ਕੇ ਕਹਿੰਦੇ ਨੇ ਵੀ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣਾ। ਹਾਰ ਸਾਹਮਣੇ ਸੀ, ਨਤੀਜੇ ਸਾਹਮਣੇ ਸੀ, ਉਸ ਹਾਰ ਦੇ ਡਰ ਤੋਂ ਤੁਸੀਂ ਇੱਕ ਅਨਵੈਲਿਡ ਜਿਹਾ ਰੀਜ਼ਨ ਦੇ ਦਿਓ ਕਿ ਪ੍ਰੈਸੀਡਿੰਗ ਆਫਿਸਰ ਨੇ ਟੈਲੀਫੋਨਿਕਲੀ ਇਨਫੋਰਮ ਕਰਕੇ ਕਿਹਾ ਜੀ ਮੇਰੀ ਤਬੀਅਤ ਖਰਾਬ ਹੈ ਅਤੇ ਇਲੈਕਸ਼ਨ ਅੱਜ ਫਿਲਹਾਲ ਅਸੀਂ ਟਾਲ ਰਹੇ ਹਾਂ, ਅਤੇ ਇਹ ਕੋਈ ਰੀਜ਼ਨ ਨਹੀਂ ਹੈਗਾ, ਨਤੀਜੇ ਸਾਰਾ ਦੇਸ਼ ਵੇਖ ਬੈਠਾ ਅਤੇ ਇੰਡੀਆ ਅਲਾਇੰਸ ਜਿਹਦੀ ਬੜੇ ਟਾਈਮ ਤੋਂ ਗੱਲ ਚੱਲਦੀ ਸੀ, ਅੱਜ ਉਹਦਾ ਇੱਕ ਟਰਾਇਲ ਮੈਚ ਇੱਥੇ ਇੱਕ ਛੋਟਾ ਜਿਹਾ ਹੋਣਾ ਸੀ, ਅਤੇ ਉਸ ਟਰਾਇਲ ਮੈਚ ਵਿੱਚ ਆਪਣੀ ਹਾਰ ਦੇ ਡਰ ਤੋਂ ਕਿੱਦਾਂ BJP ਭੱਜੀ ਹੈ ਇਹ ਸਾਰਾ ਦੇਸ਼, ਸਾਰੀ ਦੁਨੀਆ ਵੇਖ ਰਿਹਾ। ਇੱਕ ਗੈਰ ਸੰਵਿਧਾਨਿਕ ਤਰੀਕੇ ਨਾਲ ਤੁਸੀਂ ਇਲੈਕਸ਼ਨ ਨੂੰ ਡਿਲੇ ਕਰਨਾ ਚਾਹ ਰਹੇ ਹੋ ਅਤੇ ਆਪਾਂ ਹਾਈਕੋਰਟ ਦਾ ਰੁਖ ਕੀਤਾ, ਸਾਨੂੰ ਆਸ ਹੈ ਕਿ ਉੱਥੋਂ ਕੁਛ ਦੇਰ 'ਚ ਡਾਇਰੈਕਸ਼ਨਸ ਹੋਣਗੀਆਂ ਅਤੇ ਇਹਨਾਂ ਨੂੰ ਇਲੈਕਸ਼ਨ ਕਰਾਉਣੇ ਪੈਣੇ ਆ। ਇੱਕ ਪਾਸੇ ਮੀਟਿੰਗ ਵੀ ਚੱਲੀ ਤੁਹਾਡੀ, ਉਹਦੇ ਮੀਟਿੰਗ ਦੇ ਵਿੱਚ ਕੁਛ ਖਾਸ ਨਿਕਲ ਕੇ ਆਇਆ ਹੋਵੇ, ਕਿਉਂਕਿ ਵੱਡੇ ਆਗੂ ਮੌਜੂਦ ਸੀਗੇ, ਬਾਂਸਲ ਸਾਹਿਬ ਮੌਜੂਦ ਸੀਗੇ, ਤੁਸੀਂ ਮੌਜੂਦ ਸੀਗੇ, ਪਾਠਕ ਜੀ ਮੌਜੂਦ, ਕੁਛ ਵੱਡਾ ਨਿਕਲਿਆ? ਵੇਖੋ, ਉੱਥੇ ਤਾਂ ਸਭ ਕਾਉਂਸਲਰਸ ਨੇ ਆਹੀ ਕਿਹਾ ਵੀ ਸਾਨੂੰ ਪਿਛਲੇ ਦਿਨਾਂ 'ਚ ਹਰ ਕਿਸਮ ਦੇ ਦਬਾਓ ਦਿੱਤੇ ਗਏ, ਲਾਲਚ ਦਿੱਤੇ ਗਏ, ਪਰ ਅਸੀਂ ਸਾਰੇ ਇੱਕ ਥਾਂ 'ਤੇ ਖੜ੍ਹੇ ਹਾਂ, ਅਸੀਂ ਸਾਰੇ ਚੰਡੀਗੜ੍ਹ ਦੀ ਭਲਾਈ ਚਾਹੁੰਦੇ ਹਾਂ ਅਤੇ ਕਾਬਿਲੇ ਤਾਰੀਫ ਹੈ ਉਹਨਾਂ ਦਾ ਇੱਕ ਥਾਂ 'ਤੇ ਇਕੱਠੇ ਖੜ੍ਹੇ ਹੋਣਾ ਕਿ ਓਪਰੇਸ਼ਨ ਲੋਟਸ, ਜਿੱਥੇ ਇਹਨਾਂ ਨੇ ਵੱਡੇ ਵੱਡੇ ਲੀਡਰਸ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਕਿਸੇ ਤਰੀਕੇ ਦਬਾਓ ਦੇ ਕੇ, ਕਿਸੇ ਲਾਲਚ ਵਿੱਚ, ਉੱਥੇ ਚੰਡੀਗੜ੍ਹ ਦੇ ਕਾਉਂਸਲਰਸ ਚੰਡੀਗੜ੍ਹ ਦੀ ਭਲਾਈ ਲਈ ਇੱਕ ਥਾਂ 'ਤੇ ਖੜ੍ਹੇ ਨੇ ਅਤੇ ਪਿਛਲੇ 2 ਸਾਲਾਂ 'ਚ, ਕਿਉਂਕਿ ਚੰਡੀਗੜ੍ਹ ਵਾਲਿਆਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਹੀ ਮੈਂਡੇਟ ਦਿੱਤਾ ਸੀ, ਪਰ ਪਿਛਲੇ 2 ਸਾਲਾਂ 'ਚ ਕਿਸ ਤਰੀਕੇ ਧੱਕੇ ਨਾਲ ਇਹਨਾਂ ਨੇ ਆਪਣਾ ਮੇਅਰ ਬਣਾਇਆ, ਹੁਣ ਤਾਂ ਬਾਕੀ ਪਾਰਟੀਆਂ ਵਾਲੇ ਛੱਡੋ, BJP ਵਾਲੇ ਵੀ ਅੱਕੇ ਪਏ ਨੇ ਵੀ ਅਸੀਂ ਲੋਕਾਂ ਦੇ ਵੀ ਗੱਲਾਂ ਸੁਣ ਸੁਣ ਕੇ ਪਰੇਸ਼ਾਨ ਹੋ ਗਿਆ ਵੀ ਤੁਸੀਂ 2 ਸਾਲਾਂ 'ਚ ਕੀਤਾ ਕੀ ਹੈ, ਅਤੇ ਆਹ ਤਾਂ ਡਿਫਰੈਂਸ ਹੈਗਾ ਹੀ ਹੈ ਵੋਟਾਂ ਵਿੱਚ, ਹੋ ਸਕਦਾ BJP ਦੇ ਵੀ ਕੁਛ ਕਾਉਂਸਲਰਸ ਕ੍ਰੋਸ ਵੋਟਿੰਗ ਨਾ ਕਰ ਦੇਣ, ਉਸ ਤੋਂ ਪਰੇਸ਼ਾਨ ਹੋ ਕੇ, ਉਹਦੇ ਵੀ ਚਾਂਸਿਸ ਹੈਗੇ ਨੇ, ਉਹ ਡਰ ਸਤਾ ਰਿਹਾ ਤਾਂ। ਚਲੋ, ਇਲੈਕਸ਼ਨ ਪੋਸਟਪੋਨ ਹੋਇਆ, ਹੁਣ ਅੱਗੇ ਹੋਣਗੇ, ਕੀ ਲੱਗਦਾ ਨਹੀਂ ਹਾਈਜੈਕ ਦਾ ਖਤਰਾ ਹੁੰਦਾ ਅਜਿਹੀਆਂ ਦੇ ਵਿੱਚ? ਜ਼ਿਆਦਾਤਰ ਇਹੀ ਹੁੰਦਾ ਗਾ ਕਿ ਹਾਈਜੈਕ ਹੋ ਜਾਂਦੇ ਆ ਕੁਛ ਕਾਉਂਸਲਰ, ਤੁਹਾਨੂੰ? ਬਿਲਕੁਲ, ਇਹ ਜੋੜੀ ਮਸ਼ਹੂਰ ਹੈ ਭਾਰਤ ਵਿੱਚ ਓਪਰੇਸ਼ਨ ਲੋਟਸ ਕਰਨ ਵਿੱਚ, ਪਰ ਕਾਉਂਸਲਰ ਸਾਰੇ ਇਕਜੁੱਟ ਨੇ ਅਤੇ ਮੈਨੂੰ ਲੱਗਦਾ ਇਹਨਾਂ ਨੂੰ ਇਲੈਕਸ਼ਨ ਕਰਾਉਣੇ ਚਾਹੀਦੇ ਨੇ, ਲੋਕਤੰਤਰ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਅਤੇ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ। ਆਖਰੀ ਸਵਾਲ, ਅੱਜ ਦੇ ਇਲੈਕਸ਼ਨ ਤੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਅਗਲੇ ਲੋਕ ਸਭਾ ਇਲੈਕਸ਼ਨ ਬੜੇ ਮੁਸ਼ਕਿਲ ਹੋਣਗੇ, ਥੋੜ੍ਹਾ? ਹਾਂ ਬਿਲਕੁਲ, BJP ਵਾਸਤੇ ਔਖੇ ਹੋਣ ਵਾਲੇ ਨੇ ਵੀ, ਜਿਹੜੇ ਲੋਕ ਇਹ ਸੋਚਦੇ ਸੀ ਜਾਂ ਜਿਹੜੇ ਕਲੇਮ ਆਹ ਕਰਦੇ ਸੀ ਵੀ BJP ਨੂੰ ਹਰਾਉਣਾ ਤਾਂ ਨਾਮੁਮਕਿਨ ਹੋ ਗਿਆ, ਬਹੁਤ ਔਖਾ ਹੋ ਗਿਆ, ਅੱਜ ਦੇਸ਼ ਨੂੰ ਪਤਾ ਲੱਗ ਗਿਆ ਵੀ BJP ਨੂੰ ਹਰਾਉਣਾ ਕਿੰਨਾ ਸੌਖਾ। ਜਦੋਂ ਇਹਨਾਂ ਦੇ ਪੀਕ 'ਤੇ ਕੈਂਪੇਨ ਚੱਲਦੀ ਸੀ 2014 ਵਿੱਚ, 2019 ਵਿੱਚ, ਤਾਂ ਵੀ ਇਹ 40% ਤੋਂ ਥੱਲੇ ਹੀ ਵੋਟਾਂ ਇਹਨਾਂ ਨੂੰ ਮਿਲਦੀਆਂ ਸੀ, ਅਤੇ ਹੁਣ ਜਦੋਂ 60% ਤੋਂ ਉੱਪਰ ਜਿਹੜੀ ਵੋਟਾਂ ਉਹ ਇਕਜੁੱਟ ਹੋਣੀਆਂ ਸ਼ੁਰੂ ਹੋਈਆਂ, ਅਤੇ ਇਹਨਾਂ ਨੂੰ ਕਿਸ ਤਰੀਕੇ ਹਰਾਉਣਾ ਸੌਖਾ ਉਹ ਵੀ ਦੇਸ਼ ਨੂੰ ਪਤਾ ਲੱਗ ਗਿਆ। ਤਾਂ ਇਹ ਸਨ ਸਾਡੇ ਨਾਲ ਜਰਨੈਲ ਸਿੰਘ ਜੀ, ਜਿਹੜੇ ਕਿ ਮੀਟਿੰਗ ਦੇ ਵਿੱਚੋਂ ਫਿਲਹਾਲ ਹੁਣੇ ਹੀ ਆਏ ਨੇ, ਜਿਹਨਾਂ ਨੇ ਸੰਦੀਪ ਪਾਠਕ, ਪਵਨ ਕੁਮਾਰ ਬਾਂਸਲ, HS ਲੱਖੀ ਅਤੇ ਜੋ ਵੱਡੇ ਆਗੂ ਤਮਾਮ ਸੀਗੇ ਉਹਨਾਂ ਨਾਲ ਮੀਟਿੰਗ ਕਰਕੇ ਆਏ ਨੇ, ਅਤੇ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਅਸੀਂ ਜਿਹੜੇ ਸਾਡੇ ਕੌਂਸਲਰ ਫਿਲਹਾਲ ਸੇਫ ਨੇ, ਅਤੇ ਹੁਣ ਜੋ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਆ ਉਸ 'ਤੇ ਹੀ ਆਸ ਬੱਝੀ ਹੋਈ ਆ, ਉਸ ਦਾ ਕੀ ਫੈਸਲਾ ਆਉਂਦਾ ਉਸ ਦੀ ਵੇਟ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਅਮਿਤ ਨਾਲ ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।